आकाशवाणी खबरा अभिलाषा शर्मा कोला पहले खास खास खबरें पेरिस ओलंपिक्स 2024 का भव्य समारोह करने समापन हुआ भारत ने 71 मिथार हासिल की थी प्रधानमंत्री नरेंद्र मोदी और यहां जे पेरिस ओलंपिक्स जो सबने एथलीटें अपना सर्वश्रेष्ठ प्रदर्शन किया है तैयार भारतीय की운데 परमान है ਸੈਬੀ ਨੇ ਨਿਵੇਸ਼ਕਾਂ ਕੀ ਇੰਡਨਬਰਗ ਜਨਈ ਰਿਪੋਰਟਾਂ 'ਤੇ ਪ੍ਰਤੀਕਿਰਿਆ ਦੇਣੇ ਥਮਾ ਪਹਿਲਾ ਸੰਯਮ ਵਰਤਣ ਦੀ ਸਲਾਹ ਦਿੱਤੀ ਅਡਾਨੀ ਸਮੂਹ ਸੈਬੀ ਦੇ ਚੇਅਰਮੈਨ ਤੇ ਉਦਯੋਗ ਜਗਤ ਦੇ ਪ੍ਰਮੁੱਖੇ ਅਮਰੀਕੀ ਖੋਜ ਕੰਪਨੀ ਦੀ ਰਿਪੋਰਟ ਦੀ ਆਲੋਚਨਾ ਕੀਤੀ ਹੈ ਆਉਣ ਦੇ ਵਿਧਾਨ ਸਭਾ ਚੋਣਾਂ ਦੀ ਤਿਆਰੀਆਂ ਦੀ ਸਮੀਖਿਆ ਕਰਨ ਲਈ ਭਾਰਤੀ ਚੋਣ ਆਯੋਗ ਅਜੇ ਥਮਾ ਹਰਿਆਣਾ ਦੇ ਦੋ ਦਿਨ ਦੇ ਦੌਰੇ ਪਰੋਗ Rajasthan ਚੋਪਾਰੀ ਬਰਖੇ ਕਾਰਨ ਅੱਜ ਸੈਂਚੇ ਤਕਰੀਬਨ 22 ਲੋਕਾਂ ਦੀ ਜਾਨ ਚਲੀ ਗਈ ਅੱਜ ਸੱਤੇ ਜ਼ਿਲ੍ਹੇ ਦੇ ਸੱਬੇ ਸਕੂਲ ਬੰਦ ਤੇ ਪਹਿਲੀ ਵਿਸ਼ਵਿਕ ਮਹਿਲਾ ਕਬੱਡੀ ਲੀਗ ਦੀ ਸ਼ੁਰੂਆਤ ਅਗਲੇ ਮਹੀਨੇ ਹਰਿਆਣਾ ਚੋਂ ਹੋਗਾ। ਪੇਸ਼ ਨੇ ਖਬਰਾਂ ਤਫਸੀਲ ਕਰਨੇ। ਪੈਰਿਸ 올림픽ਸ 2024 ਦਾ ਸਮਾਪਨ ਸਮਾਰੋਹ ਸਟੇਟ ਦੀ ਫਰਾਂਸ ਚ ਲੱਗਾ ਜਿਦੇ ਚ ਕਈਏ ਦਰਸ਼ਕਾਂ ਹਿੱਸਾ ਲਿਆ ਤਾਂ ਐਥਲੀਟਾਂ ਦੀ ਕਾਮਯਾਬੀ ਦਾ ਜਸ਼ਨ ਮਨਾਇਆ ਗਿਆ। ਭਾਰਤ ਨੇ કુલ 6 ਤਗਮੇ ਜਿੱਤੇ ਜਿਨ੍ਹਾਂ ਦੇ ਚੋਂ ਇੱਕ ਚਾਂਦੀ ਦਾ ਤੇ ਪੰਜ ਕਾਂਨ ਦੇ ਤਗਮੇ ਸ਼ਾਮਲ ਨ। ਇਹ ਦੇ ਕਨੇ ਭਾਰਤ ਅੰਕ ਤਾਲਿਕਾ ਚ कहत्रवीं थर पर रहा जल्ले के पिछली बारी टोक्यो ओलंपिक्स भी सौ भी भारत ने अड़तालीवी थर हासिल की थी जिथे भारत ने कुल सत्त तगमे जिते हे ज एक सुन्ने दा, दो चांदी दे ते चार कै तगमे शामिल है इस बारी अंक तालिका अंकतालिका पहली थार पर अमरीका ने जिन्ने कुल सौ छब्बी ओलम्पिक तममे अपने ना कि चालीस सुन्ने तगमे भी शामिल न चीन ने भी चालीस सुन्ने तगमे सने कानवे तगमे जीतिए दुई थ हासिल की ਇਹਾਂ ਗਏ ਜਪਾਨ 20 ਸੁੰਨੇ ਦੇ ਤਗਮੇ ਸਨੇ કુલ 45 ਤਗਮੇ ਜਿੱਤੀ ਹੈ ਤ੍ਰਿਥਾਰ ਪਰਿਆ ਤੇ ਆਸਟ੍ਰੇਲੀਆ ਨੇ 18 ਸੁੰਨੇ ਦੇ ਤਗਮੇ ਸਨੇ કુલ 53 ਤਗਮੇ ਜਿੱਤੀ ਹੈ ਚੌਥੀ ਥਾਰ ਹਾਸਲ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਿਹਾ ਕਿ ਅੱਜ ਪੈਰਿਸ 올림픽 ਚ ਸਭ ਨੇ ਖਿਡਾਰੀ ਆਪਣਾ ਸਰਵ ਸ੍ਰੇਸ਼ਟ ਪ੍ਰਦਰਸ਼ਨ ਕੀਤਾ ਤੇ ਸਭ ਨੇ ਭਾਰਤ ਦੀ ਗਿ ਹੁੰਦੇ ਪਰਮਾਨ ਹੈ ਪ੍ਰਧਾਨ ਮੰਤਰੀ ਹੋ ਨੇ ਸੋਸ਼ਲ ਮੀਡੀਆ ਪਰ ਇੱਕ ਪੋਸਟ ਭਾਰਤੀ ਖਿਡਾਰੀ ਦੇ ਜਤਨ ਦੀ ਪ੍ਰਸ਼ੰਸਾ ਕੀਤੀ ਤੇ ਭਵਿੱਖ ਚੋਂ ਦੀ ਸਫਲਤਾ ਦੀ ਕਾਮਨਾ ਵੀ ਕੀਤੀ ਪੈਰਿਸ 올림픽 ਚ ਭਾਰਤ ਨੇ ਕਤਿਰ ਮੀਥਾ ਹਾਸਲ ਕੀਤੀ ਹੈ ਜਿਹਦੇ ਚ ਇੱਕ ਚਾਂਦੀ ਦਾ ਤੇ ਪੰਜ ਕਾਂਦੀ ਤਗਮੇ ਜਿੱਤੇ ਨੇ ਇਸ ਵਾਰੀ ਭਾਰਤ ਦੀ ਤਰਫਾ ਕੁੱਲ 117 ਭਾਰਤੀ ਐਥਲੀਟੇ 16 ਖੇਡਾਂ ਚ ਇਸਾ ਲੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਇਸ ਮਹੀਨੇ ਦੀ 25 ਤਰੀਕ ਦੀ ਆਕਾਸ਼ਮਾਨੀ ਪਰ ਆਪਣੇ ਮਨ ਕੀ ਬਾਤ ਕਾਰਜਕ੍ਰਮ ਰਾਏ ਦੇਸ਼ ਵਿਦੇਸ਼ ਚ ਰੋਣੇ ਆਲੇ ਲੋਕਿੰਗ ਕਰਨੇ ਆਪਣੇ ਵਿਚਾਰ ਸਾਂਝਾ ਕਰਨਗੇ ਮਾਵਾ ਰੇਡੀਓ ਕਾਰਜਕ੍ਰਮ ਦੀ 113 ਮੀ ਕਿਸ਼ਤੋਗ ਲੋਕ ਆਪਣੇ ਸੁਝਾਅ ਟੋਲ ਫਰੀ ਨੰਬਰ 1800117800 ਆਏ ਭੇਜ ਸਕਦੇ ਨਾ ਆਪਣੇ ਵਿਚਾਰ ਨਰਿੰਦਰ ਮੋਦੀ ਐਪ ਜਾਂ ਫੀ ਮਾਈ ਗੋਵਨ ਓਪਨ ਫਾਰਮ ਰਾਂ ਵੀ ਭੇਜ ਸਕਦੇ ਨਾ ਇਸ ਕਾਰਕ੍ਰਮ ਲਈ ਸੁਝਾਅ ਪੇ ਜਨੇਦੀ ਖੀਰੀ ਤਰੀਕ 3 ਅਗਸਤ ਦਾ ਕਰਾ ਮਨ ਕੀ ਬਾਤ ਕਾਰਕ੍ਰਮ ਆਕਾਸ਼ਮਾਨੀ ਤੇ ਦੂਰਦਰਸ਼ਨ ਦੇ ਸਮੂਲ ਦੇ ਨੈਟਵਰਕ ਦੇ ਕਨੋਕਨੀ ਆਈਆਰ ਨਿਊਜ਼ ਵੈਬਸਾਈਟ ਤੇ ਨਿਊਜ਼ ਔਨ ਆਈਆਰ ਮੋਬਾਈਲ ਐਪ ਪਰ ਪ੍ਰਸਾਰਿਤ ਕੀਤਾ ਜਾਗ ਇਸ ਕਾਰਜਕ੍ਰਮ ਦਾ AIR ਨਿਊਜ਼ DD ਨਿਊਜ਼ ਪ੍ਰਧਾਨ ਮੰਤਰੀ ਦੇ ਦਫ਼ਤਰ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲ 'ਤੇ ਵੀ ਲਾਈਵ ਪ੍ਰਸਾਰਣ ਹੋਗਾ ਤੇ ਇੰਡੀ ਪ੍ਰਸਾਰਣ ਦੇ ਤੰਤਮਗ੍ਰਾ ਇਸ ਕਾਰਜਕ੍ਰਮ ਦਾ ਖੇਤਰੀ ਭਾਸ਼ਾਈ ਚ ਵੀ ਪ੍ਰਸਾਰਣ ਕੀਤਾ ਜਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜ ਸਰਕਾਰ ਮੁਲਕ ਦੇ ਕਿਸਾਨਾਂ ਨੂੰ ਗੀ ਸਸ਼ਕਤ ਬਣਾਉਣ ਲਈ ਵਚਨਬੱਧ ਹੈ ਉਹਨੇ ਮਤੇਚਾਰ ਜਲਵਾਯੂ ਅਨੁਕੂਲ ਤੇ ਜੈਵ ਸਸ਼ਕਤਾ ਵਾਲੀ ਫਸਲਾਂ ਦੀ 109 ਕਿਸਮਾਂ ਦੀ ਜਾਰੀ ਕੀਤੀ ਇਸ ਬਾਰੇ ਚੋ ਕਾਰਜਕ੍ਰਮ ਦਿੱਲੀ ਦੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ ਚਵਾ ਉਹਨੇ ਗਲਾਇਆ ਜੇ ਪਰਿਆਵਰਣ ਅਨੁਕੂਲ ਤੇ ਮਤਾਚਾਰ ਦੇਣ ਵਾਲੀ ਕਿਸਮਾਂ ਕਰਸਾਨੇ ਦੀ ਆਮਦਨ ਜੇ ਬੜਾ ਵਧੇਂਗਨ 109 ਕਿਸਮੇ ਚ ਕਾਠ ਫਸਲਾਂ ਜਿੰਦੇ ਚ ਚੌਥੀ ਫੀਲਡ ਕ੍ਰੌਪਸ ਤੇ ਸਥਾਈ ਬਾਗਬਾਨੀ ਫਸਲਾਂ ਸ਼ਾਮਿਲ ਨ ਇਹਨੇ ਫਸਲਾਂ ਚੋ ਦਾਲਾ ਸਬਜ਼ੀਆਂ ਮਸਾਲੇ ਫੁੱਲ ਤੇ ਔਸ਼ਧੀ ਬੂਟੇ ਵੀ ਸ਼ਾਮਿਲ ਨ ਇਸ ਮੌਕੇ ਪਰ ਪ੍ਰਧਾਨ ਮੰਤਰੀ ਹੋਰੇ ਕਰਸਾਨੇ ਤੇ ਸਾਇੰਸ ਦਾ ਨੇ ਕਰਨੇ ਵੀ ਗੱਲਬਾਤ ਕੀਤੀ सेबी ने निवेशकों की हिंडनबर्ग जैसे निराधारते प्रमुख रिपोर्टे पर कोई प्रतिक्रिया जारी नहीं करने की दी सलाह दीती है शेयर बाजार नियामक सेबी ने एक बयान में अमेरिकी शोध ते निवेश कंपनी हिंडनबर्ग रिसर्च के आरोपेंगी खारिज कर ਦਿੱਤਾ भारतीय प्रतिभूति ते विनियम बोर्ड सेबी ने हिंडनबर्ग रिसर्च दे आरोपें दा खंडन कीता ਸੈਬ ਨੇ ਆਖਿਆ ਜੇ ਉਸ ਦੇ ਕਸ਼ ਇਤੇਂਦੇ ਟਕਰਾਵ ਕਰਨੇ ਸਰਬੰਦੇ ਮੁੱਦੇ ਦੇ ਹਲਾਸਤਾ ਲੋਟ ਦੇ ਆਂਤ੍ਰਿਕ ਸਿਸਤੇ ਐਨ ਜਿਹਦੇ ਚ ਤੱਥੇ ਗਿੱਦਸਨੇ ਤੇ ਚੀਜ਼ੇ ਬਾਰੇ ਜਾਣਕਾਰੀ ਸਰਬੰਦੀ ਟਾਂਚਾ ਤੇ ਅਸਵੀਕਿਰਤੀ ਦਾ ਪ੍ਰਬਧਾਨ ਸ਼ਾਮਿਲ ਹੈ ਇਸ ਦੇ ਚ ਇਹ ਵੀ ਆਖਿਆ ਗਿਆ ਹੈ ਜੇ ਪ੍ਰਤਿਭੂਤੀਆਂ ਦੀ ਸੁਰੱਖਿਆ ਤੇ ਉਹਨਾਂ ਦੇ ਹਸਤਾਂਤਰਨ ਦੇ ਸਰਬੰਦੇ ਚ ਲੋਟ ਦੇ ਪ੍ਰਸੰਗਿਕ ਖੁਲਾਸੇ ਸਮੇਂ-ਸਮੇਂ ਪਰ ਕੀਤੇ ਗਏਨ ਇਸ ਦੇ ਚੋ ਇਸ ਕੱਲੇ ਪਰ ਵੀ ਲੋ ਪਾਈ ਗਈ ਹੈ ਜੇ ਅਧਿਐਕਸ਼ ਨੇ ਇਤੇਂ ਦੇ ਸੰਭਾਵਿਤ ਟਕਰਾਵ ਕਰਨੇ ਜੁੜੇ ਦੇ ਮਾਮਲੇ ਚ ਆਪਣੇ ਆਪ ਹੈਗੀ ਵੱਖ ਬਿਕ ਰਿਲਾਤਾ ਸੈਬੀ ਨੇ ਹਿੰਡਨਬਰਗ ਰਿਸਰਚ ਰਿਪੋਰਟ ਚ ਕੀਤੇ ਗਏ ਦਾਅਵੇ ਪਰ ਆਖਿਆ ਜੇ ਇਹ ਮੁੱਦੇ ਸੈਵੀ ਤੇ ਲੋਟ ਦੀ ਪ੍ਰਤੀਕਿਰਿਆ ਦੀ ਮੰਗ ਕਰ ਦੇਣ ਇਹ ਖਬਰਾਂ ਦਸ ਆਕਾਸ਼ਵਾਨੀ ਪਰਾ ਸੁਣਾ ਕਰ ਦਿਓ ਪਾਰਟੀ ਚੁਣਾਈਓਗ ਦੀ ਟੀਮ ਹਰਿਆਣਾ ਚ ਹੋਣ ਵਾਲੇ ਵਿਧਾਨ ਸਭਾ ਚੁਣਾਈ ਦੀ ਤਿਆਰੀ ਦੇ ਸਮੀਖਿਆ ਕਰਨ ਲਈ ਅੱਜ ਥਮਾ ਦੌਂ ਦਿਨੇ ਦੇ ਦੌਰੇ ਪਰੋ ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਚੋਣ ਅਧਿਕਾਰੀ ਗਿਆਨੇਸ਼ ਕੁਮਾਰ ਤੇ ਸੁਖਬੀਰ ਸਿੰਘ ਸੰਦੂਸ ਨੇ ਆਯੋਗ ਦੇ ਹੋਰ ਨੇ ਅਧਿਕਾਰੀ ਵੀ ਮੌਜੂਦ ਰੂਗਨ ਤੇ ਇਸ ਦੌਰਾਨ ਕਈ ਮੀਟਿੰਗਾਂ ਬੁਲਾਇਆ ਜਾਣਗਣ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਹੋਰੇ ਆਖਿਆ ਜਾਯੋਗ ਅੱਜ ਕ ਬੈਠਕ ਚ ਚੋਣ ਦੀ ਤਿਆਰੀ ਦਾ ਜਾਇਜ਼ਾ ਲੈ ਜਿਹਦੇ ਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਜ਼ਿਲ੍ਹਾ ਚੋਣ ਅਧਿਕਾਰੀ ਤੇ ਹੋਰ ਨੇ ਬਰਿਸ਼ਟ ਅਫਸਰ ਵੀ ਸ਼ਾਮਲ ਹੋਗਣ ਉਹਨੇ ਆਖਿਆ ਜੇ ਕੱਲ ਆਯੋਗ ਮੁਤਲਕਾ ਏਜੰਸੀਆਂ ਕੀ ਨਿਗਰਾਨੀ ਤੇ ਤੱਕ ਬਣਾਈ ਰੱਖਣੇ ਤੇ ਨਿਰਦੇਸ਼ ਦੇਗਾ ਇਦਲਾਵਾ ਚੋਣ ਆਯੋਗ ਇਸ ਦੌਰਾਨ ਮੁਖ ਸਚੀਵ ਪੁਲਸ ਮਹਾਂ ਨਿਰਦੇਸ਼ਕ ਤੇ ਹੋਰ ਨੇ ਪ੍ਰਸ਼ਾਸਨ ਸਚਿਵਾਂ ਤੇ ਸੀਨੀਅਰ ਪੁਲਸ ਅਧਿਕਾਰੀਆਂ ਕਨੇ ਬੈਠ ਕਾਲਾੰਗਨ ਤਾਂ ਜੋ ਉਹਨੀ ਤਿਆਰੀ ਦਾ ਜਾਇਜ਼ਾ ਬਿਲਾਤਾ ਜਾイ ਸਕੇ। ਰਾਜਸਥਾਨ 'ਚ ਲਗਾਤਾਰ ਆਕਰਦੀ ਪਾਰੀ ਵਰਖੇ ਕਾਰਨ ਅੱਜ ਸੇ ਚੋ ਤਕਰੀਬਨ 22 ਲੋਕਾਂ ਨੇ ਆਪਣੀ ਜਾਨ ਵਾਈ ਦਿੱਤੀ ਹੈ। ਇਹ ਵਰਖਾ ਸ਼ਨੀਵਾਰ ਨੇ ਥਮਾ ਗਿਆ ਉਹ ਆਕਰਦੀਆ ਨਾ ਜਿਹਦੇ ਚਲਦੇ ਕਲ ਜੈਪੁਰ, ਕਰੋਲੀ, ਸਬਾਈ ਮਾਧੋਪੁਰ ਤੇ ਦੌਸਾ ਦੇ ਕਈੇ ਸ਼ੁਰਕੇ ਪਰ ਪਾਣੀ ਕਿਠਾ ਹੋਈ ਗਿਆ। ਪ੍ਰਸ਼ਾਸਨ ਨੇ ਜੈਪੁਰ ਜੈਪੁਰ ਦੇ ਗ੍ਰਾਮੀਣ ਇਲਾਕੇ ਦਵਸਾ ਕਰੋਲੀ ਸਵਾਈ ਮਾਦੋਪੁਰ ਗੰਗਾਪੁਰ ਤੇ ਭਰਤਪੁਰ ਜ਼ਿਲ੍ਹੇ ਦੇ ਸਭ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਗੀ ਬੰਦ ਰੱਖਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਬਜਨ ਲਾਲ ਸ਼ਰਮਾ ਹੋਰ ਇਹ ਸਥਿਤੀ ਦਾ ਜਾਜ਼ਾ ਲੈਣੇ ਗੀ ਤੇ ਸੀਨੀਅਰ ਅਧਿਕਾਰੀਆਂ ਕਨੇ ਬੈਠਕ ਕੀਤੀ ਮੁੱਖ ਮੰਤਰੀਓ ਨੇ ਪ੍ਰਭਾਵਿਤ ਇਲਾਕੇ ਚ ਰਾਤ ਕੰਮ ਚ ਤੇਜ਼ੀਆਂ ਨੇ ਲਈ ਤੇ ਆਉਂਦੇ ਦਿਨੇ ਚ ਮੌਸਮ ਦੇ ਹਾਲ ਮੁਤਾਬਕ ਜ਼ਰੂਰੀ ਕੰਮ ਪੁੱਟਨੇ ਦੇ ਨਿਰਦੇਸ਼ ਵੀ ਦਿੱਤੇ ਨੇ भारतीय मौसम विभाग ने पूर्वी राजस्थान असम मेघालय तिहार की कई पर भारी थम मती भारी बरखा की भविखबा की मौसम विभाग ने अगले चौं दिन तगर केरल माहे तमिलनाडु त्नाटक के अंदरूनी इलाक भारी बरखा की भविखबाणी की एदवा महकमे ने पश्चिमी हिमालयी क्षेत्र पूर्वी ते उत्तर पूर्वी भारत च भी बरखा बरने की पेषनगोई की कल हो भारी बरखें चलते श्री अमरनाथ जी की य्रा की बालटाल आ रस्त रोकना पा गया ਪੈਲਗਾਮ ਵਾਲੇ ਰਸਤੇ ਪਰ ਜਾਰੀ ਰੱਖ ਰਖਾਅ ਲਈ ਕੰਮ ਦੇ ਮੱਦੇ ਨਜ਼ਰ ਉਥੇ ਪਹਿਲੇ ਕੇ ਯਾਤਰਾ ਬੰਦ ਰੱਖੀ ਗਈ ਹੈ ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵੀ ਕੇ ਵਿਧੂੜੀ ਹੋ ਰਿਆ ਕਿਹਾ ਜੋ ਪੈਲਗਾਮ ਤੇ ਬਲਟਾਲ ਦਮਨੇ ਰਸਤੇ ਪਰ ਭਾਰੀ ਬਰਖਾ ਕਰੀ ਮਰਮਤੀ ਤੇ ਰੱਖ ਰਖਾਅ ਵਾਲੇ ਕੰਮੇ ਦੀ ਬੜੀ ਸਖਤ ਲੋੜ ਹੈ ਉਹਨੇ ਦੱਸਿਆ ਜੇ ਅਜ ਬਲਟਾਲ ਥਮਾ ਵੀ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾਂ 29 ਜੂਨ ਥਮਾ ਸ਼ੁਰੂ ਹੋਈ ਦੀ ਇਸ ਯਾਤਰਾ ਦਰਾਨ ਅਜੇ ਤੱਕ ਕੋਰੇ 5 ਲੱਖਾਂ ਮਤੇਸ਼ਦਾ ਲੂ ਸ਼ੇਵਿੰਦੇ ਮੂਲਿੰਗ ਰੂਪ ਦੇ ਦਰਸ਼ਨ ਕਰੀ ਚੁੱਕੇ ਦਿਨ ਇਸ ਲਾਣਾ ਯਾਤਰਾ 19 ਅਗਸਤ ਦੀ ਰਖੜ ਪੁੰਨਿਆਲੇ ਦਿਨ ਸੰਪੰਨ ਹੋਈ ਜਾਗ ਤੋਈ 382 ਸਦਾਲੋਂ ਦਾ ਇੱਕ ਹੋਰ ਜੱਥਾ ਅੱਜ ਸ੍ਰੀ ਬੁੱਢਾ ਮੰਨਾ ਜੀ ਦੀ ਯਾਤਰਾ ਲਈ ਰਵਾਨਾ ਹੋਵਾਂ ਇੰਦੇ ਚ 283 ਮਰਦ 90 ਮਹਿਲਾ ਤੇ 9 ਬੱਚੇ ਸ਼ਾਮਿਲ ਨ ਪਹਿਲੀ ਵਿਸ਼ਵਿਕ ਮਹਿਲਾ ਕਬੱਡੀ ਲੀਗ ਅਗਲੇ ਮਹੀਨੇ ਥਮਾਰਿਆਣਾ ਚ ਸ਼ੁਰੂ ਹੋਗ ਇਸ ਅਧਿਕਾਰਿਕ ਤੌਰ ਪਰ ਵਿਸ਼ਵਿਕ ਪ੍ਰਵਾਸੀ ਮਹਿਲਾ ਕਬੱਡੀ ਲੀਗ ਨਾਂ ਦਿੱਤਾ ਗਿਆ ਹੈ ਇਸ ਦੇ ਚ 15 ਮੁਲਕਾਂ ਥਮਾ ਮਹਿਲਾ ਖਿਡਾਰੀ ਇਸ ਸਾਲ ਲੰਗਣ यह आयोजन अंतर्राष्ट्रीय सतह पर कबड्डी बढ़ावा देने इसी ओलंपिक खेडों च शामिल करने सौ छत्तीस ओलंपिकस की मेजबानी करने भारत की दावेदारी मजबूत करने महत्वपूर्ण योगदान दे विश्व कबड्डी हॉलिस्टिक इंटरनेशनल प्रवासी स्पोर्ट्स एसोसिएशन एचआईपीएसए दी साझेदारी इस आयोजन दी शुरुआत हरियाणा च हो इस पहल एसोसिएशन हरियाणा सरकार बशार हाल समझौता ज्ञापन पर दस्खत किय ਪੋਲੈਂਡ ਅਰਜنٹინა ਕੈਨੇਡਾ ਤੇ ਇਟਲੀ ਸਣੇ ਬਖਮਖ ਮੁਲਕੀਂ ਦੀਆਂ ਟੀਮਾਂ ਪ੍ਰਦਰਸ਼ਨ ਕਰਨਗਣ ਭਾਰਤ 2036 올림픽ਸ ਖੇਡਣ ਦੀ ਮੇਜ਼ਬਾਨੀ ਹਾਸਲ ਕਰਨ ਦੇ ਯਤਨ ਕਲਾ ਕਰਦਾ ਹੈ ਰਾਸ਼ਟਰੀ ਪਾਤਰਤਾ ਸਹਿ ਪ੍ਰਵੇਸ਼ ਪ੍ਰੀਖਿਆ NEET PG 2024 ਮੁਲਕ ਪਰ ਦੇ 170 ਸ਼ਹਿਰਾਂ ਚੋ ਸਫਲਤਾਪੂਰਵਕ ਆਯੋਜਿਤ ਕੀਤੀ ਗਈ राष्ट्रीय चिकित्सा विज्ञान परीक्षा बोर्ड एनबीईएमएस ने इस बरे लगभग दो लख लग ठाई हजार पांज सौ चाली प्रवेश पत्र जारी किए गए इस परीक्षा के संचालन की निगरानी परीक्षा केन्द्रे पर एक हजार नौ सौ पंजा सवा मते इंडीपेंडेंट अपरेजर त्रै सौ फ्लाइंग स्क्ड दस्ते सदस्य त अठ क्षेत्रीय नियंत्रण केन्द्र भी कायम पेरिस ओलम्पिक भी सौ चौबी का भव्य समारोह कन्ने समापन हुआ भारत ने हासिल की थी। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਪੈਰਿਸ 올림픽ਸ ਚ ਸਭ ਨੇ ਐਥਲੀਟੇ ਆਪਣਾ ਸਰਵ ਸ਼੍ਰੇਸ਼ਟ ਪ੍ਰਦਰਸ਼ਨ ਕੀਤਾ ਹੈ ਤੇ ਹਰ ਭਾਰਤੀ ਗੀਮ ਦੇ ਪਰਮਾਨ ਹੈ ਸੈਬੀ ਨੇ ਨਿਵੇਸ਼ਕ ਗੀਨ ਡਨਬਰਗ ਜਨੇ ਰਿਪੋਰਟੇ ਪਰ ਪ੍ਰਤੀਕਿਰਿਆ ਦੇਣੇ ਤੋਂ ਪਹਿਲੇ ਸੰਯਮ ਵਰਤਨੇ ਦੀ ਸਲਾਹ ਦਿੱਤੀ ਅਡਾਨੀ ਸਮੂਹ ਸੈਬੀ ਅਧਿਕਸ ਤੇ ਉਦਯੋਗ ਜਗਤ ਦੇ ਪ੍ਰਮੁੱਖੇ ਅਮਰੀਕੀ ਸ਼ੋਧ ਕੰਪਨੀ ਦੀ ਰਿਪੋਰਟ ਦੀ ਆਲੋਚਨਾ ਕੀਤੀ ਹੈ ਅੰਦੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੀ ਸਮੀਖਿਆ ਕਰਨ ਲਈ ਭਾਰਤੀ ਚੋਣ ਆਯੋਗ ਅਜਿਹਾ ਹਰਿਆਣਾ ਦੇ ਦੋ ਦਿਨਾਂ ਦੇ ਦੌਰੇ ਪਰ ਹੋਗਾ ਰਾਜਸਥਾਨ ਚੋਪਾਰੀ ਵਰਖੇ ਕਾਰਨ 9 ਇਲਾਕਿਆਂ ਚ ਤਕਰੀਬਨ 80 ਲੋਕਾਂ ਦੀ ਜਾਨ ਚਲੀ ਗਈ ਅੱਜ ਸੱਤੇ ਜ਼ਿਲ੍ਹੇ ਦੇ ਸੱਬੇ ਸਕੂਲ ਬੰਦ ਤੇ ਪਹਿਲੀ ਵਿਸ਼ਵਿਕ ਮਹਿਲਾ ਕਬੱਡੀ ਲੀਗ ਦੀ ਸ਼ੁਰੂਆਤ ਅਗਲੇ ਮਹੀਨੇ ਹਰਿਆਣਾ ਚ ਹੋਗਾ ਇਹ ਦੇ ਕਨੇਗੇ ਬੁਲੇਟਿਨ ਸਮਾਪਤ ਹੋਆ